ਰਿੰਕੂ ਵੀ ਅੰਦਰ ਜਾ ਰਹੇ ਨੇ। ਰਿੰਕੂ ਜੀ, ਆਪਣੀ ਕੱਲ ਵੀ ਗੱਲ ਹੋ ਰਹੀ ਸੀ ਮੀਟਿੰਗ ਦੇ ਵਿੱਚ, ਅੱਜ ਮੰਥਨ ਹੋਣਾ ਤਾਂ ਤੁਹਾਡੇ ਤੇ ਤਾਂ ਦੂਰੀ ਜ਼ਿੰਮੇਵਾਰੀ ਵੀ ਹੈ, ਇੱਕ ਤਾਂ ਮੰਥਨ ਵੀ ਹੋਣਾ ਤੇ ਦੂਜਾ ਗਾਂ ਵੀ ਵੈਸਟ ਵਾਲੀ ਸੀਟ ਦੀ ਵੀ ਜ਼ਿੰਮੇਵਾਰੀ ਪੈਣੀ ਹੈ। ਹਾਂ, ਕੋਈ ਗੱਲ ਨਹੀਂ, ਅਸੀਂ ਹਰ ਜ਼ਿੰਮੇਵਾਰੀ ਭੁਗਤਣ ਲਈ ਔਰ ਉਠਾਉਣ ਲਈ ਤਿਆਰ ਹਾਂ। ਔਰ ਅੱਜ ਦਾ ਜਿਹੜਾ ਮੰਥਨ ਹੈ ਕਿ ਕਿੱਥੇ ਕਿੱਥੇ ਕੋਈ ਕਮੀ ਰਹਿ ਗਈ ਹੈ ਉਹਦੇ 'ਤੇ ਵਿਚਾਰ ਹੋਏਗਾ, ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਅਸੀਂ 2027 ਲਈ ਜਿਹੜੀ ਹੈ ਉਹਦੀਆਂ ਤਿਆਰੀਆਂ ਕਰ ਸਕੀਏ। ਜੋੜ ਘਟਾਓ ਤਾਂ ਤੁਸੀਂ ਕਰਿਆ ਹੋਵੋਗੇ, ਹਾਲਾਂਕਿ ਅੰਦਰ ਮੰਥਨ ਹੋਣਾ, ਤੁਸੀਂ ਅੰਦਰ ਹੀ ਗੱਲ ਰੱਖਣੀ ਹੈ, ਪਰ ਮੁੱਖ ਤੌਰ 'ਤੇ ਇੱਕ ਦੀ ਚੀਜ਼ ਸਮਝਣੀ ਚਾਹੀਏ ਕਿ ਜਿਹੜੀ ਚੀਜ਼ 'ਤੇ ਤੁਸੀਂ ਮੁੱਖ ਤੌਰ 'ਤੇ ਗੱਲ ਕਰਨੀ ਚਾਹੋਗੇ ਅੰਦਰ, ਕਿ ਆਹ ਜੇ ਚੀਜ਼ ਆਪਾਂ ਠੀਕ ਰੱਖਦੇ ਤਾਂ ਸ਼ਾਇਦ ਫਰਕ ਪੈਂਦਾ। ਜਿਹੜੀ ਗੱਲ ਅੰਦਰ ਕਰਨ ਵਾਲੀ ਹੈ ਉਹ ਅੰਦਰ ਹੀ ਕਰਾਂਗੇ, ਜਿਹੜੀ ਗੱਲ ਤੁਹਾਡੇ ਨਾਲ ਕਰਨ ਵਾਲੀ ਉਹ ਬਾਹਰ ਆ ਕੇ ਤੁਹਾਡੇ ਨਾਲ ਵੀ ਕਰਾਂਗੇ। ਤਾਂ ਬਾਹਰ ਆ ਕੇ ਗੱਲ ਕਰਨਗੇ ਜੀ। ਜ਼ਾਹਿਰ ਜੀ ਗੱਲ ਹੈ ਕਿ ਮੰਥਨ ਹੋਣਾ ਤਾਂ ਸਾਰੇ ਜਿਹੜੇ ਉਮੀਦਵਾਰ ਨੇ ਉਹ ਅੰਦਰ, ਜਿੰਨੇ ਆ ਚੁੱਕੇ ਸੀ ਉਹ ਜਾ ਅੰਦਰ ਪਹੁੰਚ ਚੁੱਕੇ ਨੇ। ਮੀਟਿੰਗ ਜਿਹੜੀ ਥੋੜ੍ਹੀ ਦੇਰ ਦੇ ਵਿੱਚ ਸ਼ੁਰੂ ਹੋਵੇਗੀ, ਕਿਸ ਤਰ੍ਹਾਂ ਦੀਆਂ ਚਰਚਾਵਾਂ ਹੋਣਗੀਆਂ, ਕਿ ਕੁਝ ਮੰਥਨ ਹੋਵੇਗਾ ਅਤੇ ਮੰਥਨ ਦੇ ਵਿੱਚੋਂ ਨਿਕਲ ਕੇ ਕੀ ਆਉਂਦਾ, ਕਮੀ ਕਿੱਥੇ ਰਹੀ, ਅਤੇ ਜੇ ਵੋਟ ਸ਼ੇਅਰ ਵਧਿਆ ਤਾਂ ਉਹ ਜਿੱਥੇ ਜਿੱਥੇ ਵਧਿਆ ਉਹਦੇ ਲਈ ਕਿਹੜੀ ਚੀਜ਼ ਜਿਹੜੀ ਹੈ ਮੁੱਖ ਤੌਰ 'ਤੇ ਕੰਮ ਕੀਤੀ, ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਲੱਗਦਾ ਹੈ ਕਿ ਜ਼ਰੂਰ ਚਰਚਾ ਹੋ ਸਕਦੀ ਹੈ, ਕਿਉਂਕਿ ਇਸ ਨੂੰ ਇੱਕ ਵੱਡਾ ਕਾਰਨ ਮੰਨਿਆ ਗਿਆ। ਬੀਜੇਪੀ ਆਗੂ ਫਤਿਹਜੰਗ ਸਿੰਘ ਬਾਜਵਾ ਕਹਿ ਰਹੇ ਸੀ 35 ਤੋਂ 40 ਸੀਟਾਂ ਦਾ ਕਹਿੰਦੇ ਨੁਕਸਾਨ ਹੋ ਗਿਆ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਔਰ ਇੱਕ ਚੰਡੀਗੜ੍ਹ। ਚੰਡੀਗੜ੍ਹ ਤੋਂ ਜਿਹੜੇ ਨੇ ਉਮੀਦਵਾਰ, ਉਹਨਾਂ ਨੇ ਵੀ ਸਾਫ਼ ਤੌਰ 'ਤੇ ਕਿਹਾ ਸੀ, ਸੰਜੇ ਟੰਡਨ ਹੋਰੀ, ਉਹਨਾਂ ਨੇ ਵੀ ਕਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ ਵੀ ਕਿਸਾਨੀ ਅੰਦੋਲਨ ਦਾ ਜਿਹੜਾ ਹੈਗਾ ਅਸਰ ਦੇਖਣ ਨੂੰ ਮਿਲਿਆ। ਤਾਂ ਦੇਖਦੇ ਹਾਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਕੁਝ ਮੰਥਨ ਹੁੰਦਾ, ਔਰ ਅਗਲੀ ਗੱਲ ਜਲੰਧਰ ਵੈਸਟ ਨੂੰ ਲੈ ਕੇ ਕੀ ਫੈਸਲਾ ਲਿਆ ਜਾਂਦਾ, ਕਿਸ ਦੇ ਨਾਮ 'ਤੇ ਮੋਹਰ ਲੱਗਦੀ ਹੈ, ਉਸ ਨੂੰ ਲੈ ਕੇ ਵੀ ਅੱਜ ਅੰਦਰ ਚਰਚਾ ਹੋ ਸਕਦੀ ਹੈ।